ਧੂਰੀ ਦੇ ਬੇਨੜਾ ਪਿੰਡ ਨਜ਼ਦੀਕ ਰਜਬਾਹੇ ਚ ਪਿਆ ਪਾੜ ਲੁਧਿਆਣਾ ਹਾਈਵੇ ਦੇ ਉੱਪਰ ਪਾਣੀ ਕਿਨਾਰੇ ਬਣੇ ਪੈਟਰੋਲ ਪੰਪ ਨੂੰ ਪਾਣੀ ਨੇ ਚਾਰੇ ਪਾਸੇ ਤੋਂ ਘੇਰਿਆ। ਰਜਬਾਹੇ ਵਿੱਚ ਪਏ ਪਾੜ ਨੂੰ ਬੰਦ ਕਰਨ ਦੀ ਜੱਦੋ ਜਹਿਦ ਵਿੱਚ ਪ੍ਰਸ਼ਾਸਨ ਬੋਰੀਆਂ ਲੈ ਕੇ ਬੰਦ ਕੀਤਾ ਜਾ ਰਿਹਾ ਰਜਬਾਹੇ ਚ ਪਿਆ ਪਾੜ। ਰਜਬਾਹੇ ਦੇ ਵਿੱਚ ਕਰੀਬ 20 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਆਸ ਪਾਸ ਦੇ ਇਲਾਕੇ ਵਿੱਚ ਪਾਣੀ ਭਰ ਚੁੱਕਿਆ ਹੈ। ਪਾਣੀ ਲੁਧਿਆਣਾ ਹਿਸਾਰ ਹਾਈਵੇ ਤੇ ਪਹੁੰਚ ਚੁੱਕਿਆ ਹੈ। ਰੋਡ ਕਿਨਾਰੇ ਬਣੇ ਪੈਟਰੋਲ ਪੰਪ ਨੂੰ ਵੀ ਪਾਣੀ ਨੇ ਚਾਰੇ ਪਾਸੇ ਤੋਂ ਘੇਰ ਲਿਆ ਹੈ। ਲੋਕਾਂ ਅਨੁਸਾਰ ਇਹ ਰਜਵਾਹਾ ਕੱਚਾ ਹੋਣ ਕਰਕੇ ਟੁੱਟ ਰਿਹਾ ਹੈ, ਜਿਸ ਦਾ ਪਾਣੀ ਬਿੰਦਰਾ ਪਿੰਡ ਖੇਤਾਂ ਤੱਕ ਜਾ ਰਿਹਾ ਹੈ। ਇਸ ਨੂੰ ਹੁਣ ਮਿੱਟੀ ਦੀਆਂ ਬੋਰੀਆਂ ਨਾਲ ਬੰਦ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਮਾਮਲੇ ਬਾਰੇ ਜਦੋਂ ਤਹਿਸੀਲਦਾਰ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੂਹਿਆਂ ਦੀ ਖੱਡਾਂ ਕਾਰਨ ਇਹ ਪਾੜ ਪਿਆ ਹੈ ਅਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਤਾਂ ਜੋ ਅਜਿਹੇ ਰਜਵਾਹਿਆਂ ਦੀ ਮੁਰੰਮਤ ਕੀਤੀ ਜਾ ਸਕੇ। ਬੇਨੜੇ ਦੇ ਵਿੱਚ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਉੱਥੇ ਜਿਹੜਾ ਪਾੜ ਪੈ ਗਿਆ, ਬੇਸਿਕਲੀ ਕੀ ਹੈ ਕਿ ਜਿਵੇਂ ਅਸੀਂ ਚੂਹੇ ਵਗੈਰਾ ਖੱਡਾਂ ਕਰ ਕਰਕੇ ਹੌਲੀ ਹੌਲੀ ਜਗ੍ਹਾ ਨੂੰ ਕੋਲੀ ਕਰ ਦਿੰਦੀਆਂ, ਉਹਦੇ ਕਰਕੇ ਜਦੋਂ ਪਾਣੀ ਦਾ ਪ੍ਰੈਸ਼ਰ ਪਿੱਛੋਂ ਵਧਿਆ ਤਾਂ ਉਹਦੇ ਕਰਕੇ ਜਿਹੜਾ ਉਹ ਪਾੜ ਪੈ ਗਿਆ। ਔਰ ਉਸੇ ਦਰਮਿਆਨ ਸਾਡਾ ਜਿਹੜਾ ਹੈਗਾ ਹਲਕਾ ਪਟਵਾਰੀ ਕਾਨੂੰਗੋ ਸਾਹਿਬ ਮੈਂ ਖੁਦ ਜਿਹੜਾ ਹੈਗਾ ਉੱਥੇ ਪਹੁੰਚ ਗਏ ਸੀ। ਡਿਪਾਰਟਮੈਂਟ ਵੀ ਆ ਗਿਆ ਸੀ ਔਰ ਡਿਪਾਰਟਮੈਂਟ ਨੇ ਪਿੱਛੋਂ ਸੰਪਰਕ ਕਰਕੇ ਆਪਣਾ ਜਿਹੜਾ ਹੈਗਾ ਪਾਣੀ ਜਿਹੜਾ ਘੱਟ ਕਰਾਇਆ ਫਿਰ ਬੰਦ ਕਰਾਇਆ, ਜਿਹਦੇ ਕਰਕੇ ਜਿਹੜਾ ਹੈਗਾ ਜਿਹੜੀ ਪੋਜੀਸ਼ਨ ਸੀਗੀ ਜਿਹੜੀ ਉਸ ਟਾਈਮ ਹਾਲਾਤ ਬਣੇ ਸੀ ਕਿ ਪਾਣੀ ਅੱਗੇ ਨਾ ਜ਼ਿਆਦਾ ਆ ਜਾਏ ਉਹ ਕੰਟਰੋਲ 'ਚ ਹੋ ਗਿਆ। ਕੀ ਅਜਿਹੀ ਜਿਹੜੇ ਪਾੜ ਪੈ ਰਹੇ ਨੇ ਕੀ ਕਾਰਨ ਉੱਥੇ ਦੇ ਕੇ ਰੋਕਥਾਮ ਕਿਵੇਂ ਮਿਲਿਆ ਹੈਗਾ? ਹਾਂ, SDM ਸਾਹਿਬ ਦੇ ਵੀ ਧਿਆਨ 'ਚ ਲਿਆ ਤਾਂ ਅਸੀਂ ਉੱਚ ਅਧਿਕਾਰੀਆਂ ਨੂੰ ਵੀ ਦੱਸ ਰਹੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਮਾਈਨਰਸ ਜਾਂ ਇਹ ਹੈਗੇ ਨੇ ਸੂਏ ਜਿੱਥੇ ਕੋਈ ਰਿਪੇਅਰ ਹੋਣ ਦੀ ਲੋੜ ਆ, ਸੰਬੰਧਿਤ ਮਹਿਕਮਾ ਜਿਹੜਾ ਉਹਦੇ 'ਤੇ ਕਾਰਵਾਈ ਕਰੇ ਤਾਂ ਕਿ ਲੋਕਾਂ ਦੀ ਜਿਹੜੀ ਬੇਸ਼ਕੀਮਤੀ ਫਸਲ ਆ ਉਹ ਬਚਾਈ ਜਾ ਸਕੇ।